ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਖਾਲਸਾ ਪੁਲਿਸ ਸਮਾਜ ਸੇਵਾ ਦਲ ਵੱਲੋਂ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਅੱਜ ਵੀ ਇੱਕ ਲੋੜਵੰਦ ਪਰਿਵਾਰ ਦੀ ਬੱਚਿਆਂ ਦੇ ਜਿਹੜੇ ਆਨੰਦ ਕਾਰਜ ਹੋਣ ਜਾ ਰਹੇ ਨੇ, ਸੋ ਜਿਵੇਂ ਮਰੀਜ਼ਾਂ ਦਾ ਇਲਾਜ, ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾਈ ਵਾਸਤੇ ਅਤੇ ਆਰਥਿਕ ਪੱਖੋਂ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਲੋੜਵੰਦ ਹੈ, ਉਹਨਾਂ ਨੂੰ ਰਾਸ਼ਨ ਦੀ ਸੇਵਾ ਜਾਂ PGI ਲੰਗਰ ਹੈ, ਜਿਵੇਂ ਇਹ ਸਮਾਜ ਦੀਆਂ ਸੇਵਾ, ਜਿਵੇਂ ਹੁਣ ਸਰਦੀ ਦੇ ਵਿੱਚ ਗਰਮ ਕੱਪੜੇ, ਕੰਬਲ, ਬੂਟ, ਜਰਾਬਾਂ, ਇਹ ਖਾਲਸਾ ਪੁਲਿਸ ਸਮਾਜ ਸੇਵਾ ਦਲ ਵੱਲੋਂ ਇਹ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ। ਜਿਹੜੇ ਗੁਰਦੁਆਰਾ ਸਾਹਿਬ ਵਿਆਹ ਹੋਏ ਉਹਨਾਂ ਬਾਰੇ ਤੁਹਾਡੇ? ਮੈਂ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਦੋ ਪਰਿਵਾਰਾਂ ਨੂੰ ਵਧਾਈ ਦਿੰਦਾ, ਕੁੜੀ ਵਾਲਿਆਂ ਨੂੰ ਵੀ ਅਤੇ ਮੁੰਡੇ ਵਾਲਿਆਂ ਨੂੰ ਵੀ, ਜੋ ਉਹਨਾਂ ਦੇ ਅੱਜ ਆਨੰਦਕਾਰ ਹੋ ਜਾਵੇ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਜਿਹੜਾ ਗ੍ਰਹਿਸਥੀ ਜੀਵਨ ਆ ਬਹੁਤ ਵਧੀਆ ਰਹੇ। ਅਤੇ ਬਾਕੀ ਜੋ ਸਾਡੇ ਬਾਬਾ ਜੀ ਅਜੀਤ ਸਿੰਘ ਜੀ ਆ, ਸੇਵਾ ਉਹਨਾਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਹਰ ਸਾਲ ਸਾਲ ਜਦੋਂ ਵੀ ਲੋੜਵੰਦ ਬਿਮਾਰ ਹੁੰਦਾ, ਉਹਨਾਂ ਦੀਆਂ ਗਰੀਬ ਘਰਾਂ ਦੀਆਂ ਲੜਕੀਆਂ ਜੋ ਵਿਆਹ ਕੀਤੇ ਜਾਂਦੇ ਆ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਅਤੇ ਸਾਨੂੰ ਸਮਾਜ 'ਚ ਸਮਾਜਿਕ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ, ਜੋ ਇੱਦਾਂ ਦੇ ਗਰੀਬ ਪਰਿਵਾਰਾਂ 'ਤੇ ਕਾਰਜ ਜਿਹੜੇ ਸਿਰੇ ਲਾਉਂਦੇ ਆ। ਫਿਰ ਦੁਬਾਰਾ ਮੈਂ ਪਰਿਵਾਰਾਂ ਨੂੰ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਫਤਿਹ। ਜੋ ਕਿ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਲੋੜਵੰਦ ਧੀਆਂ ਦੇ ਵਿਆਹ ਕੀਤੇ ਗਏ ਆ, ਜੋ ਸਾਡੇ ਬਾਬਾ ਅਜੀਤ ਸਿੰਘ ਜੀ ਸਮਾਜ ਸੇਵਾਦਾਰ ਆ, ਇਹਨਾਂ ਦਾ ਬਹੁਤ ਹੀ ਸ਼ਲਾਘਾ ਯੋਗਦਾਨ ਹੈ, ਜੋ ਕਿ ਇਹਨਾਂ ਦੀ ਬਹੁਤ ਸ਼ਬਦਾਂ ਦੇ ਵਿੱਚ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਨੇ ਬਹੁਤ ਵਧੀਆ ਸਿੱਧੇ ਢੰਗ ਦੇ ਨਾਲ ਲੋੜਵੰਦ ਧੀਆਂ ਦੇ ਵਿਆਹ ਕੀਤੇ ਆ, ਅਤੇ ਨਾਲ ਹੀ ਲੰਗਰ ਦਾ, ਰੋਟੀ ਪਾਣੀ ਦਾ ਸਾਰੇ ਪਹਿਲਾਂ ਬਹੁਤ ਹੀ ਬੰਦੋਬਸਤ ਹੈਗਾ, ਅਤੇ ਨਾਲ ਜੋ ਕਿ ਦਾਜ ਵੀ ਪੂਰਾ ਦਿੱਤਾ ਗਿਆ ਵਾ, ਅਲਮਾਰੀ, ਬੈੱਡ, ਔਰ ਵੀ ਚੀਜ਼ਾਂ ਜਿਹੜੇ ਘਰ ਦਾ ਸਮਾਨ ਘਰੇਲੂ ਸਾਰੇ ਤਰ੍ਹਾਂ ਦੀਆਂ ਦਿੱਤੀਆਂ ਗਈਆਂ ਵਾ। ਅਤੇ ਇਹ ਜਿਹੜੇ ਆਨੰਦ ਕਾਰਜ ਆ ਹਰ ਸਾਲ ਹਰ ਚੀਜ਼ ਤਰ੍ਹਾਂ ਇਸੇ ਤਰ੍ਹਾਂ ਹੁੰਦੇ ਰਹੇ, ਅਤੇ ਜੋ ਮਹਾਰਾਜ ਇਹਦੇ ਵਿੱਚ ਬਰਕਤ ਪਾਵੇ, ਅਤੇ ਨਾਲ ਹੀ ਜੋ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਨਾਲ ਬਾਬਾ ਜੀ ਦਾ ਯੋਗਦਾਨ ਦੇਣ, ਸਹਿਯੋਗ ਦੇਣ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਆ, ਓਕੇ।